ਦੋਸਤੋ ਮੈਂ ਕਹਾਣੀ ਪੜ੍ਹੀ ਸੀ, ਮੇਰੇ ਅੰਦਰ ਨੂੰ ਝੰਜੋੜ ਗਈ। ਮੈਨੂੰ ਲੱਗਦਾ ਕਿ ਉਹ ਕਹਾਣੀ ਤੁਹਾਡੇ ਤੇ ਵੀ ਆਪਣਾ ਪ੍ਰਭਾਵ ਪਾਵੇਗੀ। ਕਹਿੰਦੇ ਇੱਕ ਮਾਂ ਸੀ, ਉਹਦੇ 5 ਬੇਟੇ ਤੇ 5 ਬੇਟੀਆਂ। 5 ਬੇਟੀਆਂ ਦੇ ਵਿੱਚੋਂ ਇੱਕ ਬੇਟਾ ਸੀ ਜਮਾਂਦਰੂ ਗੂੰਗਾ। ਉਹ ਮਾਂ ਅਕਾਲ ਚਲਾਣਾ ਕਰ ਗਈ। ਮਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਮਾਂ ਦਾ ਸੰਸਕਾਰ ਕੀਤਾ ਗਿਆ। ਸੰਸਕਾਰ ਤੋਂ ਬਾਅਦ 10ਵੇਂ ਦਿਨ ਮਾਂ ਦੇ ਭੋਗ ਦਾ ਪ੍ਰਬੰਧ ਕੀਤਾ ਗਿਆ। ਕਹਿੰਦੇ ਨੇ ਉਸ ਮਾਂ ਦਾ ਜਿਹੜਾ ਬੱਚਾ ਗੂੰਗਾ ਸੀ ਨਾ, ਉਹ ਜਿਸ ਵੇਲੇ ਮਾਂ ਦੀ ਮੌਤ ਦੀ ਖਬਰ ਸੁਣੀ ਬੜਾ ਰਿਹਾ, ਉਹ ਚੁੱਪ ਨਾ ਕੀਤਾ। ਮਾਂ ਦਾ ਸੰਸਕਾਰ ਕਰ ਦਿੱਤਾ ਗਿਆ, ਉਹ ਬੱਚਾ ਚੁੱਪ ਨਾ ਕੀਤਾ। 10ਵੇਂ ਦਿਨ ਮਾਂ ਦੇ ਭੋਗ ਵਾਲਾ ਦਿਨ ਆ ਗਿਆ, ਉਹ ਬੱਚਾ ਰੋਂਦਾ ਰਿਹਾ, ਉਹ ਬੱਚਾ ਚੁੱਪ ਨਾ ਕੀਤਾ। ਭੈਣਾਂ ਨੇ ਵੀ ਆਖੀ ਸਮਝਾਇਆ ਵੀ ਦੇਖ, ਅਸੀਂ ਇਸ ਘਰ ਦੀਆਂ ਧੀਆਂ ਨਾ, ਮਾਂ ਦੇ ਨਾਲ ਹੀ ਪੇਕਾ ਸੀ, ਮਾਂ ਮਰ ਗਈ, ਸਾਡਾ ਤੇ ਪੇਕਾ ਛੁੱਟ ਗਿਆ। ਮੰਨਦੀਆਂ ਮਾਂ ਕਿ ਤੇਰੇ ਅੰਦਰ ਵੀ ਮਾਂ ਦਾ ਇੱਕ ਦਰਦ ਹੈ, ਪਰ ਸਾਡੀ ਵੀ ਤੇ ਮਾਂ ਸੀ ਨਾ। ਧੀ ਨੂੰ ਮਾਂ ਦਾ ਬੜਾ ਵੱਡਾ ਇੱਕ ਦਰਦ ਹੁੰਦਾ ਹੈ, ਮਾਂ ਦੇ ਨਾਲ ਅੰਦਰ ਦੀਆਂ ਬੜੀਆਂ ਸਾਂਝਾਂ ਹੁੰਦੀਆਂ ਨੇ। ਸਾਡੀ ਮਾਂ ਮਰ ਗਈ, ਸਾਡਾ ਤੇ ਪੇਕਾ ਛੁੱਟ ਗਿਆ, ਅਸੀਂ ਵੀ ਤੇ ਗੁਜ਼ਾਰਾ ਕੀਤਾ ਤੇ ਤੂੰ ਵੀ ਗੁਜ਼ਾਰਾ ਕਰ ਲਾ। ਭਰਾਵਾਂ ਨੇ ਵੀ ਆ ਕੇ ਸਮਝਾਇਆ ਵੀ ਤੇਰੀ ਕੋਈ ਇਕੱਲੇ ਦੀ ਮਾਂ ਥੋੜਾ ਸੀ, ਮਾਂ ਤੇ ਸਾਡੀ ਵੀ ਸੀ, ਅਸੀਂ ਵੀ ਤੇ ਗੁਜ਼ਾਰਾ ਕੀਤਾ ਨਾ, ਤੂੰ ਚੁੱਪ ਕਰਦਾ ਅੱਖਾਂ ਪੂੰਝ ਲਾ। ਮਾਮੇ ਮਾਸੀਆਂ ਸਾਰੇ ਰਿਸ਼ਤੇਦਾਰਾਂ ਨੇ ਆ ਕੇ ਸਮਝਾਇਆ, ਇੱਥੋਂ ਤੱਕ ਭਾਬੀਆਂ ਨੇ ਵੀ ਆ ਕੇ ਸਮਝਾਇਆ ਵੀ ਚੁੱਪ ਕਰਦਾ। ਉਹ ਬੱਚਾ ਚੁੱਪ ਨਾ ਕੀਤਾ। ਉਹ ਮਾਂ ਦਾ ਗੂੰਗਾ ਬੱਚਾ ਮਾਂ ਦੇ ਗਮ ਦੇ ਵਿੱਚੋਂ ਰੋਂਦਾ ਰਿਹਾ, ਅੱਖਾਂ ਦੇ ਵਿੱਚੋਂ ਹੰਝੂ ਕੱਢਦਾ ਰਿਹਾ। ਆਖਰਕਾਰ ਭਾਬੀਆਂ ਇਕੱਠੀਆਂ ਹੋ ਕੇ ਆ ਗਈਆਂ। ਕਹਿੰਦੀ ਕਿਤੇ ਤੇਰੇ ਮਨ ਦੇ ਵਿੱਚ ਇਹ ਤੇ ਨਹੀਂ ਕਿ ਮਾਂ ਮਰ ਗਈ ਹੈ ਤੇ ਖਬਰੇ ਮੈਨੂੰ ਕੋਈ ਰੋਟੀ ਪੁੱਛੇਗਾ ਕਿ ਨਹੀਂ ਪੁੱਛੇਗਾ? ਕਿਤੇ ਐਸਾ ਤੇ ਨਹੀਂ ਕਿ ਸਾਂਭਣ ਵਾਲੀ ਮਾਂ ਮਰ ਗਈ ਹੈ, ਮੇਰੇ ਕੋਲ ਕੱਪੜੇ ਧੋਵੇਗਾ ਕਿ ਨਹੀਂ ਧੋਵੇਗਾ? ਅਸੀਂ ਤੇਰੇ ਕੱਪੜੇ ਵੀ ਧੋਵਾਂਗੀਆਂ, ਅਸੀਂ ਤੇਰੇ ਰੋਟੀ ਟੁੱਕ ਦਾ ਪ੍ਰਬੰਧ ਵੀ ਕਰਾਂਗੀਆਂ, ਤੈਨੂੰ ਕੋਈ ਦਿੱਕਤ ਨਹੀਂ ਆਵੇਗੀ, ਤੂੰ ਚੁੱਪ ਕਰਦਾ। ਜਦੋਂ ਬੱਚਾ ਨਾ ਚੁੱਪ ਕੀਤਾ, ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਬੱਚੇ ਦੇ ਕੋਲ ਆਏ, ਕਹਿੰਦੇ ਹੁਣ ਚੁੱਪ ਕਰਦਾ, ਹੁਣ ਮਾਂ ਮਰ ਗਈ, ਮਾਂ ਦਾ ਸੰਸਕਾਰ ਕਰ ਦਿੱਤਾ, ਮਾਂ ਦੀਆਂ ਅਸਥੀਆਂ ਪਾ ਦਿੱਤੀਆਂ, ਹੁਣ ਮਾਂ ਦੇ ਭੋਗ ਵਾਲਾ ਦਿਨ ਆ ਗਿਆ, ਹੁਣ ਤੇ ਚੁੱਪ ਕਰਦਾ। ਬੱਚਾ ਨਾ ਚੁੱਪ ਕੀਤਾ। ਆਖਰਕਾਰ ਬੱਚੇ ਨੇ ਇੱਕ ਕਾਗਜ਼ ਦਾ ਟੁਕੜਾ ਮੰਗਵਾਇਆ, ਹੱਥਾਂ ਦੇ ਅੰਦਰ ਕਲਮ ਚੁੱਕੀ। ਫਿਰ ਉਸ ਤੋਂ ਬਾਅਦ ਉਸ ਬੱਚੇ ਨੇ ਜੋ ਕਾਗਜ਼ ਦੀ ਹਿੱਕ ਦੇ ਉੱਪਰ ਅੱਖਰ ਲਿਖ ਦਿੱਤੇ, ਉਹ ਲਿਖਣ ਤੋਂ ਬਾਅਦ ਉਹ ਗੂੰਗਾ ਬੱਚਾ ਚੁੱਪ ਕਰ ਗਿਆ, ਸਾਰੇ ਹੀ ਟੱਬਰ ਰੋਣ ਲੱਗ ਪਿਆ। ਸਵਾਲ ਪੈਦਾ ਹੁੰਦਾ ਹੈ ਵੀ ਕਾਗਜ਼ ਦੀ ਹਿੱਕ ਦੇ ਉੱਪਰ ਇਸ ਗੂੰਗੇ ਬੱਚੇ ਨੇ ਕੀ ਐਸਾ ਲਿਖ ਦਿੱਤਾ ਕਿ ਗੂੰਗਾ ਬੱਚਾ ਹੁਣ ਚੁੱਪ ਕਰ ਗਿਆ ਤੇ ਉਹਨਾਂ ਅੱਖਰਾਂ ਨੂੰ ਪੜਨ ਦਾ ਜਿਨ੍ਹਾਂ ਜਿਨ੍ਹਾਂ ਨੂੰ ਸੁਭਾਗ ਮਿਲਿਆ ਉਹ ਸਾਰੇ ਹੀ ਰੋਣ ਲੱਗ ਪਏ ਨੇ। ਉਹਨੇ ਕਾਗਜ਼ ਦੀ ਹਿੱਕ ਤੇ ਸਭ ਤੋਂ ਪਹਿਲਾਂ ਲਿਖਿਆ, ਕਹਿੰਦਾ ਤੁਸੀਂ ਸਾਰੇ ਕਹਿੰਦੇ ਹੋ ਵੀ ਤੇਰੀ ਮਾਂ ਮਰ ਗਈ ਹੈ। ਕਹਿੰਦਾ ਸੱਚ ਕਰਕੇ ਜਾਣਿਆ ਜੇ ਤੁਹਾਡੀ ਮਾਂ ਮੁੱਕੀ ਹੈ, ਮੇਰੀ ਤੇ ਅੱਜ ਦੁਨੀਆ ਹੀ ਮੁੱਕ ਗਈ ਹੈ। ਕਹਿੰਦਾ ਮੈਨੂੰ ਰੱਬ ਨੇ ਜ਼ੁਬਾਨ ਨਹੀਂ ਸੀ ਦਿੱਤੀ, ਮੈਂ ਗੂੰਗਾ ਸਾਂ, ਜਮਾਂਦਰੂ ਗੂੰਗਾ ਸਾਂ, ਮੈਨੂੰ ਕਿਸੇ ਨੇ ਨਹੀਂ ਸਮਝਿਆ, ਪਰ ਮੇਰੀ ਮਾਂ ਨੇ ਮੇਰੇ ਇਸ਼ਾਰੇ ਸਮਝੇ। ਔਰ ਦਰਸ਼ਕੋ ਅਕਸਰ ਇਹ ਗੱਲ ਵੀ ਕਹੀ ਜਾਂਦੀ ਹੈ, ਗੂੰਗੇ ਦੀਆਂ ਰਮਜਾਂ ਉਹਦੀ ਮਾਂ ਭੈਣ ਜਾਣੇ। ਭੈਣਾਂ ਨੂੰ ਕਹਿੰਦਾ ਵੀ ਤੁਸੀਂ ਤੇ ਡੋਲੀ ਬਹਿ ਕੇ ਆਪਣੇ ਘਰ ਚਲੀਆਂ ਗਈਆਂ ਤੇ ਮੇਰੀਆਂ ਰਮਜਾਂ ਕੌਣ ਸਮਝਦਾ ਹੁੰਦਾ ਸੀ? ਮੇਰੀਆਂ ਰਮਜਾਂ ਸਮਝਦੀ ਹੁੰਦੀ ਸੀ ਮੇਰੀ ਮਾਂ, ਮੈਂ ਬੋਲਦਾ ਵੀ ਨਹੀਂ ਸੀ ਹੁੰਦਾ, ਉਹ ਮੇਰਾ ਚਿਹਰਾ ਪੜ ਲੈਂਦੀ ਹੁੰਦੀ ਸੀ। ਉਹਨੇ ਗੱਲ ਬੜੀ ਕਮਾਲ ਕਹੀ, ਕਹਿੰਦਾ ਤੁਸੀਂ ਮੈਨੂੰ ਕਹਿੰਦੇ ਹੋ ਰੋਟੀ ਦਿਓਗੇ, ਤੁਸੀਂ ਮੈਨੂੰ ਇਹ ਵੀ ਗੱਲ ਕਹਿੰਦੇ ਹੋ ਤੈਨੂੰ ਕੱਪੜਾ ਵੀ ਦਿਆਂਗੇ, ਤੁਸੀਂ ਇਹ ਵੀ ਕਹਿੰਦੇ ਹੋ ਮਕਾਨ ਵੀ ਦਿਆਂਗੇ। ਕਹਿੰਦਾ ਸਾਰਿਆਂ ਵਿੱਚੋਂ ਭਾਬੀਆਂ ਦੇ ਵਿੱਚੋਂ ਕੋਈ ਬਾਂਹ ਖੜੀ ਕਰਕੇ ਦੱਸੇ ਕਿ ਅੱਜ ਤੋਂ ਬਾਅਦ ਮੇਰੀਆਂ ਰਮਜਾਂ ਕੌਣ ਸਮਝੇਗਾ? ਮੇਰੀਆਂ ਰਮਜਾਂ ਸਮਝਣ ਵਾਲੀ ਮਾਂ ਮਰ ਗਈ, ਤੁਹਾਡੀ ਮਾਂ ਮੁੱਕੀ ਹੈ, ਮੇਰੀ ਦੁਨੀਆ ਮੁੱਕ ਗਈ ਹੈ। ਔਰ ਬਾਕੀ ਲੂਲਾ ਲੰਗੜਾ ਅੰਨਾ ਕਾਣਾ ਕੈਸਾ ਵੀ ਬੱਚਾ ਹੋਵੇ, ਮਾਂ ਕਹਿੰਦੀ ਮੇਰਾ ਤੇ ਹੀਰਾ ਹੈ। ਇਹ ਸ਼ਬਦ ਮਾਂ ਤੋਂ ਬਾਅਦ ਕੋਈ ਨਹੀਂ ਕਹਿੰਦਾ। ਔਰ ਦਰਸ਼ਕੋ ਬੜੀ ਗਜ਼ਬ ਦੀ ਗੱਲ ਹੈ, ਲੋਕੀ ਕਹਿੰਦੇ ਨੇ ਜਦੋਂ ਮਾਂ ਚਲੀ ਜਾਂਦੀ ਹੈ ਧੀ ਦਾ ਪੇਕਾ ਛੁੱਟ ਜਾਂਦਾ ਹੈ। ਮੈਂ ਦੇਸ਼ ਵਿਦੇਸ਼ ਦੇ ਆਪਣੇ ਸਾਰੇ ਭਰਾਵਾਂ ਨੂੰ ਇੱਕ ਨਿਮਾਣਾ ਜਿਹਾ ਸੇਵਕ ਹੋਣ ਦੇ ਨਾਤੇ ਇੱਕ ਬੇਨਤੀ ਕਰਦਾ ਮੈਂ, ਜਦੋਂ ਬੱਚੀ ਕਿਤੇ ਆਪਣੇ ਪੇਕੇ ਘਰ ਦੇ ਵਿੱਚ ਜਾਣ ਦੀ ਇੱਛੁਕ ਹੋਵੇ ਤੇ ਰੋਕਿਆ ਨਾ ਕਰੋ, ਉਹਨੂੰ ਜਾਣ ਦਿਓ, ਆਪਣੀ ਮਾਂ ਨੂੰ ਮਿਲਣ ਦਿਓ, ਆਪਣੇ ਬਾਪ ਨੂੰ ਮਿਲਣ ਦਿਓ। ਤੇ ਮਾਮਾ ਨੂੰ ਵੀ ਬੇਨਤੀ, ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦਿਓ ਤਾਂ ਕਿ ਅਗਲੇ ਘਰ ਦੇ ਵਿੱਚ ਜਾ ਕੇ ਕੰਧੇ ਮਜ਼ਬੂਤ ਕਰ ਲੈਣ ਤਾਂ ਕਿ ਕਿਸੇ ਪ੍ਰਕਾਰ ਦਾ ਬੋਝ ਨਾ ਮਹਿਸੂਸ ਕਰਨ। ਇਹ ਮਾਮਾ ਨੂੰ ਵੀ ਇੱਕ ਬੇਨਤੀ ਹੈ। ਪਰ ਦਰਸ਼ਕੋ ਮੈਂ ਕਈ ਵਾਰੀ ਸੋਚਦਾ ਹੁੰਦਾ ਮੈਂ, ਜਦੋਂ ਉਸ ਬੱਚੀ ਦੀ ਮਾਂ ਮਰ ਜਾਂਦੀ ਹੈ ਨਾ, ਤੇ ਉਹ ਕਈ ਵਾਰੀ ਇਹ ਸ਼ਬਦ ਵਰਤਦੀ ਹੈ ਮੇਰਾ ਪੇਕਾ ਛੁੱਟ ਗਿਆ। ਜਦੋਂ ਮਾਂ ਬਾਪ ਜਿਉਂਦੇ ਹੁੰਦੇ ਨੇ ਤੇ ਉਹ ਕਈ ਵਾਰੀ ਇਹ ਨਹੀਂ ਕਹਿੰਦੀ ਮੈਂ ਆਪਣੇ ਪੇਕੇ ਘਰ ਜਾ ਰਹਾ ਵਾਂ, ਉਹ ਗੱਲ ਬੜੇ ਬਹਾਨੇ ਦੇ ਵਿੱਚ ਕਰਦੀ ਏ, ਮੈਂ ਬੱਚਿਆਂ ਨੂੰ ਇਹਨਾਂ ਦੇ ਨਾਨਕੇ ਮਿਲਾ ਲਿਆ ਵਾਂ, ਮੈਂ ਬੱਚਿਆਂ ਨੂੰ ਨਾਨੇ ਨਾਨੀ ਨਾਲ ਮਿਲਾ ਲਿਆ ਵਾਂ, ਐਸੇ ਸ਼ਬਦ ਹੁੰਦੇ ਨੇ। ਪਰ ਜਦੋਂ ਮਾਂ ਮੁੱਕ ਜਾਂਦੀ ਹੈ, ਘਰ ਵਾਲਾ ਕਈ ਵਾਰੀ ਕਹਿੰਦਾ ਫਿਰ ਜਾਣਾ ਨੀ ਤੂੰ, ਬੱਚਿਆਂ ਨੂੰ ਨਾਨਕੇ ਮਿਲਾ ਲਿਆ, ਜਾਣਾ ਨੀ ਆਪਣੇ ਪੇਕੇ ਘਰ ਦੇ ਵਿੱਚ? ਤੇ ਕਈ ਵਾਰੀ ਉਹ ਕਹਿੰਦੀ ਕੋਈ ਨਾ ਕਿਸੇ ਵਿਆਹ ਸ਼ਾਦੀ ਵਿੱਚ ਇਕੱਠੇ ਹੋ ਜਾਵਾਂਗੇ, ਹੁਣ ਉੱਥੇ ਕੌਣ ਹੈ?
ਉੱਥੇ ਮਾਂ ਨਹੀਂ ਹੈ। ਹੁਣ ਮੈਂ ਇੱਕ ਸਵਾਲ ਕਰਾਂ, ਤੇਰੀਆਂ ਉੱਥੇ ਭਾਬੀਆਂ ਨੇ, ਤੇਰਾ ਉੱਥੇ ਭਰਾ ਹੈ, ਤੂੰ ਸ਼ਬਦ ਕਿਉਂ ਵਰਤਦੀ ਹੈ ਕਿ ਉੱਥੇ ਮਾਂ ਨਹੀਂ ਹੈ? ਦਰਸ਼ਕੋ, ਜਦੋਂ ਮਾਂ ਜਿਉਂਦੀ ਹੁੰਦੀ ਹੈ ਨਾ, ਤੇ ਧੀ ਆਪਣੇ ਪੇਕੇ ਘਰ ਦੇ ਵਿੱਚ ਜਾਂਦੀ ਹੈ, ਮਾਂ ਕਈ ਵਾਰੀ ਇਹ ਸ਼ਬਦ ਵਰਤਦੀ ਹੈ, ਧੀਏ ਮੈਂ ਘਰ ਦੇ ਬਿਸਕੁਟ ਕਢਵਾਏ ਹੈ, ਬਿਸਕੁਟ ਲੈ ਜਾ। ਬੱਚੀ ਕਈ ਵਾਰੀ ਕਹਿੰਦੀ, ਨਹੀਂ ਬੇਬੇ, ਅਸੀਂ ਸ਼ਹਿਰ ਦੇ ਵਿੱਚ ਬੈਠੇ ਹਾਂ, ਉੱਥੇ ਕੋਈ ਬਿਸਕੁਟਾਂ ਦਾ ਘਾਟਾ ਥੋੜਾ ਹੈ, ਸਾਡੇ ਲਾਗੇ ਬੇਕਰੀ ਹੈ, ਅਸੀਂ ਉੱਥੋਂ ਵਧੀਆ ਬਿਸਕੁਟ ਲੈ ਕੇ ਆ ਜਾਂਦੇ ਹਾਂ, ਬੜੇ ਸਵਾਦ ਬਿਸਕੁਟ ਹੁੰਦੇ ਨੇ। ਪਰ ਜਦੋਂ ਮਾਂ ਕਹਿੰਦੀ, ਨਹੀਂ ਪੁੱਤ, ਇਹ ਘਰ ਦੇ ਆਟੇ ਦੇ, ਇਹ ਘਰ ਦੇ ਦੇਸੀ ਘਿਓ ਦੇ ਮੈਂ ਆਪ ਜਾ ਕੇ ਕਢਾਏ ਨੇ, ਸੱਚ ਕਰਕੇ ਜਾਣਿਆ ਜੇ ਇਹ ਬਿਸਕੁਟਾਂ ਦੀ ਕੋਈ ਕੀਮਤ ਨਹੀਂ, ਫਿਰ ਇਹ ਲੱਖੀ ਕਰੋੜੀ ਜਾ ਕੇ ਪੈ ਜਾਂਦੇ ਨੇ। ਮਾਂ ਤੋਂ ਬਾਅਦ ਕੋਈ ਨੀ ਕਹਿੰਦਾ, ਇਹ ਘਰ ਦੇ ਬਿਸਕੁਟ ਕਢਾਏ ਨੇ, ਇਹ ਘਰ ਦਾ ਆਟਾ ਸੀ, ਇਹ ਘਰ ਦਾ ਦੇਸੀ ਘਿਓ ਸੀ, ਧੀਏ ਲੈ ਜਾ। ਮਾਂ ਤੋਂ ਬਾਅਦ ਕੋਈ ਨੀ ਕਹਿੰਦਾ। ਉਹ ਬਿਸਕੁਟਾਂ ਦੀ ਕੀਮਤ ਇਸ ਕਰਕੇ ਨਹੀਂ ਕਿ ਆਟਾ ਕਿਸ ਭਾਗ ਹੈ, ਉਹ ਬਿਸਕੁਟਾਂ ਦੀ ਕੀਮਤ ਇਸ ਕਰਕੇ ਨਹੀਂ ਹੈ ਕਿ ਇਹ ਦੇਸੀ ਘਿਓ ਦੇ ਬਣੇ ਨੇ, ਉਹਨਾਂ ਬਿਸਕੁਟਾਂ ਦੀ ਕੀਮਤ ਇਸ ਕਰਕੇ ਆ ਕਿ ਮਾਂ ਨੇ ਪਿਆਰ ਦੇ ਨਾਲ ਤੁਹਾਡੇ ਵਾਸਤੇ ਬਣਵਾਏ ਨੇ। ਕਈ ਵਾਰੀ ਮਾਮਾ ਇਹ ਗੱਲ ਕਹਿ ਦਿੰਦੀਆਂ ਨੇ, ਧੀਏ ਅਚਾਰ ਪਾਇਆ ਸੀ, ਅਚਾਰ ਦਾ ਡੱਬਾ ਮੈਂ ਤੇਰੇ ਵਾਸਤੇ ਭਰਿਆ, ਉੱਥ ਲੈ ਜਾ। ਬੱਚੀ ਕਹਿੰਦੀ, ਨੀ ਬੇਬੇ, ਸ਼ਹਿਰ ਦੇ ਵਿੱਚ ਬੈਠੇ ਹਾਂ, ਉੱਥੇ ਘਾਟਾ ਕਿਸੇ ਚੀਜ਼ ਦਾ ਥੋੜਾ? ਅੱਜ ਕੱਲ ਚਾਰ ਅਨੇਕ ਤਰ੍ਹਾਂ ਦਾ ਆਉਂਦਾ ਹੈ, ਪੈਕਿੰਗ ਦੇ ਵਿੱਚ ਆਉਂਦਾ, ਮਾਂ ਬੜੀ ਤਰ੍ਹਾਂ ਦਾ ਚਾਰ ਹੈ। ਮਾਂ ਕਹਿੰਦੀ, ਨਹੀਂ ਪੁੱਤ, ਮੈਂ ਆਪ ਆਪਣੇ ਹੱਥਾਂ ਨਾਲ ਚਾਰ ਪਾਇਆ, ਸੱਚ ਕਰਕੇ ਜਾਣਿਆ ਜੇ ਲੋਕੀ ਕਹਿੰਦੇ ਚਾਰ ਦੀ ਕੀ ਕੀਮਤ ਹੋਵੇਗੀ? ਅਚਾਰ ਦੀ ਕੀਮਤ ਹੋਵੇਗੀ 200 ਰੁਪਏ ਕਿਲੋ, 400 ਰੁਪਏ ਕਿਲੋ, ਵਧੀਆ 500 ਰੁਪਏ ਕਿਲੋ। ਪਰ ਮੈਂ ਕਹਿੰਦਾ, ਚਾਰ ਦੀ ਕੀਮਤ ਇਹ ਨਹੀਂ ਹੈ ਕਿ ਇਹ ਅੰਬ ਦਾ ਹੈ, ਇਹ ਨਿੰਬੂ ਦਾ ਹੈ, ਇਹ ਖੱਟਾ ਹੈ, ਇਹ ਮਿੱਠਾ ਹੈ। ਅਚਾਰ ਦੀ ਕੀਮਤ ਤੇ ਉਦੋਂ ਪੈ ਜਾਂਦੀ ਹੈ ਜਦੋਂ ਮਾਂ ਕਹਿੰਦੀ, ਮੈਂ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ, ਡੱਬੇ ਵਿੱਚ ਬੰਦ ਕੀਤਾ, ਇਹ ਤੁਹਾਡੇ ਵਾਸਤੇ ਕੀਤਾ, ਇਹ ਚਾਰ ਦੀ ਕੀਮਤ ਪੈ ਜਾਂਦੀ ਹੈ। ਉਸ ਤੋਂ ਬਾਅਦ ਕੋਈ ਨੀ ਕਹਿੰਦਾ ਅਚਾਰ ਲੈ ਜਾਓ, ਕੋਈ ਨੀ ਕਹਿੰਦਾ ਘਰ ਦੇ ਬਿਸਕੁਟ ਕਢਾਏ ਨੇ, ਬਿਸਕੁਟ ਲੈ ਜਾਓ। ਇਹ ਗੱਲਾਂ ਮਾਂ ਦੇ ਮੁੱਕਣ ਦੇ ਨਾਲ ਮੁੱਕ ਜਾਂਦੀਆਂ ਨੇ। ਇੱਕ ਯਾਦ ਰੱਖਣਾ, ਜਦੋਂ ਬੱਚੀ ਆਪਣੀ ਮਾਂ ਨੂੰ ਮਿਲਣ ਦੇ ਲਈ ਜਾਂਦੀ ਹੈ, ਨਾਲ ਛੋਟੇ ਛੋਟੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੀ ਹੈ, ਦਰਵਾਜ਼ੇ ਦੇ ਵਿੱਚੋਂ ਮਿਲਣਾ, ਦਰਵਾਜ਼ੇ ਦੇ ਵਿੱਚ ਛੱਡਣਾ, ਜਦੋਂ ਬੱਚੀ ਦਾ ਪਤੀ ਲੈਣ ਦੇ ਲਈ ਆਉਂਦਾ ਹੈ, ਉਹ ਆਪਣੇ ਪਤੀ ਦੇ ਨਾਲ ਗੱਡੀ ਦੇ ਵਿੱਚ ਬੈਠ ਜਾਂਦੀ ਹੈ, ਬੱਚੀਆਂ ਨੂੰ ਬਿਠਾ ਲੈਂਦੀ ਹੈ, ਭਾਵੇਂ ਕਿੰਨੀ ਕੜਕ ਦੀ ਧੁੱਪ ਹੋਵੇ, ਮਾਂ ਆਪਣੇ ਧੀ ਤੇ ਜਵਾਈ ਨੂੰ ਵਿਦਾ ਕਰਨ ਦੇ ਲਈ ਦਰਵਾਜ਼ੇ ਦੇ ਵਿੱਚ ਖਲੋਤੀ ਰਹਿੰਦੀ ਹੈ। ਜਿੰਨੀ ਦੇਰ ਤੱਕ ਉਹ ਗੱਡੀ ਅੱਖਾਂ ਦੇ ਵਿੱਚੋਂ ਦਿਸਣ ਨੂੰ ਹਟ ਨਹੀਂ ਜਾਂਦੀ, ਮਾਂ ਤੱਕਦੀ ਰਹਿੰਦੀ ਹੈ। ਇਹ ਮਾਂ ਤੋਂ ਬਾਅਦ ਕਿਸੇ ਨੇ ਧੁੱਪਾਂ ਦੇ ਵਿੱਚ ਖਲੋ ਕੇ ਤੁਹਾਨੂੰ ਵਿਦਾ ਨਹੀਂ ਕਰਨਾ, ਇਹ ਗੱਲਾਂ ਮਾਵਾਂ ਦੇ ਨਾਲ ਹੀ ਮੁੱਕ ਜਾਂਦੀਆਂ ਹੁੰਦੀਆਂ ਨੇ।